ਇੱਕ ਭਾਬੀ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਵਿਸ਼ਵਾਸਘਾਤ ਕੀਤਾ ਗਿਆ। ਆਪਣੇ ਪਤੀ ਦੇ ਨਾਲ ਮਿਲ ਕੇ ਉਸ ਦਾ ਕਤਲ ਕੀਤਾ। ਗੁਆਂਢ ਦੇ ਵਿੱਚ ਬੁਲਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਹਿਲਾ ਕੁਲਦੀਪ ਕੌਰ ਆਪਣੇ ਪਤੀ ਦੇ ਮਾਮੇ ਦੇ ਮੁੰਡੇ ਨਾਲ ਜਿਸ ਦੇ ਨਾਜਾਇਜ਼ ਸੰਬੰਧ ਸਨ, ਜਿਸ ਤੋਂ ਬਾਅਦ ਪਤਨੀ ਨੇ ਆਪਣੇ ਪਤੀ ਨਾਲ ਮਿਲ ਕੇ ਉਸਦਾ ਕਤਲ ਕਰ ਦਿੱਤਾ ਤੇ ਫਿਰ ਖੁਦ ਦੋਵਾਂ ਨੇ ਸਰੈਂਡਰ ਕੀਤਾ। ਮਾਮਲਾ ਮੋਗਾ ਦੇ ਪਿੰਡ ਮਲਕੇ ਦਾ ਹੈ। 5-6 ਸਾਲਾਂ ਤੋਂ ਇਸ ਪਤਨੀ ਦੇ ਆਪਣੇ ਪਤੀ ਦੇ ਮਾਮੇ ਦੇ ਮੁੰਡੇ ਨਾਲ, ਜੋ ਕਿ ਰਿਸ਼ਤੇ ਦੇ ਵਿੱਚ ਦਿਓਰ ਲੱਗਦਾ ਸੀ, ਉਸਦੇ ਨਾਲ ਨਾਜਾਇਜ਼ ਸੰਬੰਧ ਸਨ। ਔਰ ਫਿਰ ਉਸ ਮੁੰਡੇ ਨੂੰ ਗੁਆਂਢ ਦੇ ਵਿੱਚ ਬੁਲਾ ਕੇ ਦੋਹਾਂ ਨੇ ਏਕਾ ਕੀਤਾ, ਘੋਟਨੇ ਨਾਲ, ਰੋਡ ਦੇ ਨਾਲ, ਆਖਿਰਕਾਰ ਰੱਸੀ ਦੇ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਇਹ ਵੀ ਹੈ ਕਿ ਜਿਸ ਦਾ ਕਤਲ ਕੀਤਾ ਗਿਆ ਉਸਦਾ ਵਿਆਹ ਰੱਖਿਆ ਹੋਇਆ ਸੀ। ਵਿਆਹ ਤੋਂ ਇੱਕ ਦਿਨ ਪਹਿਲਾਂ ਉਹ ਲੜਕਾ ਆਪਣੀ ਭਾਬੀ ਨੂੰ ਲੈ ਕੇ ਫਰਾਰ ਹੋ ਗਿਆ, ਫਿਰ ਦੂਸਰੇ ਦਿਨ ਵਾਪਸ ਆ ਗਿਆ, ਜਿਸ ਕਰਕੇ ਉਸਦਾ ਵਿਆਹ ਵੀ ਟੁੱਟ ਗਿਆ। ਤਾਂ ਹੁਣ ਇੱਕ ਪਤਨੀ ਦੇ ਵੱਲੋਂ ਆਪਣੇ ਰਿਸ਼ਤੇ ਦੇ ਵਿੱਚ ਲੱਗਦੇ ਦਿਓਰ ਦਾ ਪਤੀ ਦੇ ਨਾਲ ਮਿਲ ਕੇ ਕਤਲ ਕੀਤਾ ਗਿਆ। ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਔਰ ਫਿਰ ਦੋਵਾਂ ਨੇ ਸਰੈਂਡਰ ਕੀਤਾ। ਲਿਹਾਜ਼ਾ ਪੁਲਿਸ ਇਹਨਾਂ ਤੋਂ ਪੁੱਛ ਪੜਤਾਲ ਕਰੇਗੀ ਤਾਂ ਜੋ ਇਸ ਮਾਮਲੇ ਦੀ ਗਹਿਰਾਈ ਤੱਕ ਜਾਇਆ ਜਾ ਸਕੇ। ਤਾਂ ਦੱਸਦੇ ਹੈ ਕਿ ਭਾਬੀ ਦੇ ਵੱਲੋਂ ਆਪਣੇ ਪ੍ਰੇਮੀ ਦਾ ਕਤਲ ਕੀਤਾ ਗਿਆ, ਜੋ ਰਿਸ਼ਤੇ ਦੇ ਵਿੱਚ ਪਤੀ ਦੇ ਮਾਮੇ ਦਾ ਮੁੰਡਾ ਲੱਗਦਾ ਸੀ। ਵਿਆਹ ਵੀ ਟੁੱਟ ਗਿਆ, ਉਸ ਤੋਂ ਬਾਅਦ ਗੁਆਂਢ ਦੇ ਵਿੱਚ ਬੁਲਾ ਕੇ ਆਪਣੇ ਪਤੀ ਨਾਲ ਏਕਾ ਕੀਤਾ, ਫਿਰ ਬੜੀ ਬੇਰਹਿਮੀ ਦੇ ਨਾਲ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲਾ ਸਰ ਉਹਦੇ ਵਿੱਚ ਨਾ ਸੁਖਵਿੰਦਰ ਸਿੰਘ ਵਾਸੀ ਆਪਣਾ ਮੱਲੀਆਂ ਅਤੇ ਵਕੀਲ ਸਿੰਘ ਵਾਸੀ ਜਿਉਣ ਵਾਲਾ, ਇਹ ਸਾਨੂੰ ਮੱਲ ਕੇ ਮੈਨੂੰ ਮਲਾਕੀ ਹੋਈ, ਜਿਨ੍ਹਾਂ ਨੇ ਦੱਸਿਆ ਵੀ ਸਾਡਾ ਧਰਮਾ ਸਿੰਘ ਆ ਜਿਹੜਾ ਰਿਸ਼ਤੇਦਾਰ ਆ ਜਿਉਣ ਸਿੰਘ ਵਾਲੇ ਤੋਂ, ਇੱਥੇ ਆਪਦੀ ਭੂਆ ਦੇ ਲੜਕੇ ਦੇ ਘਰ ਆਇਆ ਹੋਇਆ ਸੀਗਾ, ਜਸਵਿੰਦਰ ਸਿੰਘ ਦੇ ਘਰ, ਪੁੱਤਰ ਮੰਗਾ ਸਿੰਘ, ਅਤੇ ਉਹਦੇ ਘਰ ਵਾਲੀ ਹੈਗੀ ਕੁਲਦੀਪ ਕੌਰ, ਵਾਈਫ ਜਸਵਿੰਦਰ ਸਿੰਘ, ਜਿਹਦੇ ਨਾਲ ਇਹਦੇ ਨਜਾਇਜ਼ ਸੰਬੰਧ ਸੀਗੇ ਧਰਮੇ ਦੇ, ਅਤੇ ਇਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਦਾ ਇਹਨਾਂ ਦੇ ਘਰ ਸੱਦ ਕੇ ਕਤਲ ਕਰਤਾ, ਜਿਹਦੇ ਸੰਬੰਧ ਵਿੱਚ ਕੱਲ੍ਹ ਹੀ ਮੁਕੱਦਮਾ ਨੰਬਰ ਆ ਜਿਹੜਾ 20-30-24 ਅੰਡਰ ਸੈਕਸ਼ਨ 334 IPC ਥਾਣਾ ਸਮਾਲਾ ਸਾਹਿਬ ਵਿਖੇ ਦਰਜ ਕਰਕੇ ਦੋਸ਼ੀਆਂ ਨੂੰ ਸੁਭਾਅ 'ਚ ਗ੍ਰਿਫਤਾਰ ਕਰ ਲਿਆ। ਸਮਾਨ ਦੀ ਇਹਨਾਂ ਤੋਂ ਬਰਾਮਦਗੀ ਕਰਾ ਲਈ ਹੈ ਅਤੇ ਕੱਲ੍ਹ ਨੂੰ ਮਾਨ ਜੋ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਅਗਲੀ ਤਫਤੀਸ਼ ਹੈ ਜਿਹੜੀ ਅਮਲ ਵਿੱਚ ਲਿਆਂਦੀ ਜਾਊ। ਕਿਵੇਂ ਮਾਰਿਆ, ਕਿਵੇਂ ਜੀ ਦੋਨਾਂ ਨੇ? ਮਾਰਿਆ ਜੀ ਇਹਨਾਂ ਨੇ ਯੂਜ਼ ਕੀਤਾ, ਇੱਕ ਘੋਟਨਾ ਕੀਤਾ ਔਰ ਇੱਕ ਪਾਈਪ ਕੀਤੀ ਲੋਹੇ ਦੀ ਔਰ ਇੱਕ ਰੱਸਾ। ਅਤੇ ਕੁਲਦੀਪ ਕੌਰ ਦੇ ਤਾਂ ਸੰਬੰਧ ਸੀਗੇ ਧਰਮੇ ਨਾਲ, ਫਿਰ ਉਹਨੇ ਕਿਉਂ ਮਾਰਿਆ ਜੀ? ਦੇਖੋ ਜੀ, ਵਿਸ਼ਵਾਸਘਾਤ ਕੀਤਾ ਕਹਿ ਸਕਦੇ ਹਾਂ। ਕਿਸ ਤਰ੍ਹਾਂ ਦਾ ਵਿਸ਼ਵਾਸਘਾਤ? ਉਹਨੂੰ ਬੁਲਾ ਕੇ ਕਾਲ ਕੀਤੀ, ਉਹਨੂੰ ਕਾਲਾਂ ਕਰਕੇ ਘਰ ਬੁਲਾਇਆ, ਡੇਲੀ ਉਹਦੇ ਨਾਲ ਕਾਲ 'ਤੇ ਕੰਟੈਕਟ ਕਰਦੀ ਸੀ ਫੋਨ 'ਤੇ, ਕਾਲਾਂ ਕਰਕੇ ਥਰੂ ਉਹ ਬੰਦਾ ਆ ਗਿਆ, ਇਹਨਾਂ ਨੇ ਭਰੋਸੇ 'ਚ ਲੈ ਕੇ ਉਹਦੇ ਨੂੰ ਅੰਦਰ ਬੰਦ ਕਰਕੇ ਦੋਨਾਂ ਜੀਆਂ ਨੇ ਉਹਦਾ ਕਤਲ ਕਰਤਾ। ਅਤੇ ਪਹਿਲਾਂ ਪਲਾਨ ਕੀਤਾ ਹੋਇਆ ਸੀ? ਮੇਰੀ ਜੱਜਮੈਂਟ ਹੈ ਵੀ ਇਹਨਾਂ ਨੇ ਪੂਰਾ ਪਲੈਨ ਨਾਲ ਬੰਦਾ ਮਾਰਿਆ ਗਿਆ। ਅਤੇ ਕਿੰਨੀ ਦੇਰ ਤੋਂ ਸੰਬੰਧ ਸੀਗੀ? ਕਰੀਬ 5-6 ਸਾਲ ਤੋਂ ਸੀ ਇਹਨਾਂ ਦੇ। ਅਤੇ ਕੋਈ ਮੈਰਿਜ ਵੀ ਟੁੱਟੀ ਸੀਗੀ ਇਹਦੀ ਧਰਮੇ ਦੀ? ਉਹ ਥੋੜ੍ਹਾ ਜਿਹਾ ਮੇਰੇ ਧਿਆਨ 'ਚ ਗੱਲ ਆਈ ਵੀ ਪਹਿਲਾਂ ਇਹ ਕਿਸੇ ਪਾਸੇ ਨੂੰ ਲੈ ਗਿਆ ਸੀਗਾ, ਉਹਦੀ ਮੈਰਿਜ ਟੁੱਟ ਗਈ ਸੀ, ਪਰ ਪੂਰਾ ਮਾਮਲਾ ਮੇਰੇ ਧਿਆਨ 'ਚ ਨਹੀਂ ਸੀ। ਆਪਸ 'ਚ ਇਹਨਾਂ ਦਾ ਰਿਸ਼ਤੇਦਾਰੀ ਵੀ ਪੈਂਦੀ? ਹਾਂ, ਸਕੇ ਮਾਮੇ ਭੂਆ ਦੇ ਲੜਕੇ ਨੇ। ਦੋਨੇ ਅਰੈਸਟ ਕਰ ਲਏ ਜੀ? ਦੋਨੇ ਸੁਬਹਾ ਅਰੈਸਟ ਕਰ ਲਿਆ ਘਰ ਵਾਲੀ 'ਤੇ। 302-34 IPC